ਸਟੂਡੈਂਟਸ ਵੈਲਕਮ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਣਾ ਟੌਪਿਕ ਹੈ मीनिंग ਆਫ ਸਕੂਲ ਮੈਗਜ਼ੀਨ ਜਿਹੜਾ ਸਕੂਲ ਮੈਗਜ਼ੀਨ ਹੈ ਇਹਦਾ ਕੀ ਅਰਥ ਹੈ ਸਭ ਤੋਂ ਪਹਿਲਾਂ ਸਾਨੂੰ ਜਿਹੜਾ ਮੈਗਜ਼ੀਨ ਸ਼ਬਦ ਹੈ ਉਹਦਾ मीनिंग ਪਤਾ ਹੋਣਾ ਚਾਹੀਦਾ ਹੈ ਕਿ ਕੀ ਹੁੰਦਾ ਹੈ ਮੈਗਜ਼ੀਨ ਜਿਹੜਾ ਸ਼ਬਦ ਹੈ ਉਹ ਅਰਬੀ ਭਾਸ਼ਾ ਦੇ ਸ਼ਬਦ ਮੁਖਾਜਨ ਜਾਂ ਸਟੋਰ ਹਾਊਸ ਤੋਂ ਬਣਿਆ ਹੈ ਜੋ ਕਿ ਫੈਕਟਸ ਮੀਨ ਕੋਈ ਵੀ ਤੱਥ ਜਾਂ ਕੋਈ ਵੀ ਜਿਹੜੀਆਂ ਕਲਪਨਾਵਾਂ ਹੁੰਦੀਆਂ ਸਾਡੀਆਂ ਇਮੇਜਿਨੇਸ਼ਨਸ ਹੁੰਦੀਆਂ ਨੇ ਉਹਦਾ ਇਹ ਇਕੱਠ ਹੈ ਜੋ ਸਾਰੇ ਇੱਕ ਪੈਕੇਜ ਦੇ ਵਿੱਚ ਇਕੱਤਰਿਤ ਹੁੰਦਿਆਂ ਨੇ ਪੈਕੇਜ ਹੁੰਦਾ ਮੀਨਜ਼ ਜਿੱਥੇ ਅਸੀਂ ਸਾਰੀ ਜਿਹੜੀ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨਾਂ ਨੂੰ ਸੀ ਇਕੱਠਾ ਕਰਦੇ ਆ ਪੈਕ ਬਣਾ ਲੈਨੇ ਆ ਮੈਗਜ਼ੀਨ ਨੂੰ ਜਗਿਆਸਾ ਦਾ ਸੰਦੂਕ ਵੀ ਕਿਹਾ ਜਾਂਦਾ ਹੈ ਜਗਿਆਸਾ ਦਾ ਸੰਦੂਕ ਮੀਨਜ਼ ਕਿ ਇਹ ਜਾਣਨ ਦੇ ਲਈ ਬੱਚੇ ਦੇ ਵਿੱਚ ਕਿਉਰਿਓਸਟੀ ਹੁੰਦੀ ਹੈ ਕਿ ਸਾਡਾ ਜਿਹੜਾ ਸਕੂਲ ਦਾ ਮੈਗਜ਼ੀਨ ਹੈ ਇਦੇ ਵਿੱਚ ਇਸ ਵਾਰ ਕਿਹੜੇ-ਕਿਹੜੇ ਜਿਹੜਿਆਂ ਕੋਈ ਪੋਇਮਸ ਨੇ ਜਾਂ ਕਿਸੇ ਹੋਰ ਰਾਈਟਿੰਗਸ ਨੇ ਕਿਸ ਕਿਸ ਤਰ੍ਹਾਂ ਨੇ ਸ਼ਾਮਿਲ ਹੋਈਆਂ ਨੇ ਹੁਣ ਜਿਹੜਾ ਮੈਗਜ਼ੀਨ ਆ ਉਹ ਵੱਖ-ਵੱਖ ਤਰ੍ਹਾਂ ਦੇ ਜਿਹੜੇ ਲੋਕ ਨੇ ਜਾਂ ਦਰਸ਼ਕ ਨੇ ਉਹਨਾਂ ਨੂੰ ਇਹ ਮੁੱਖ ਰੱਖ ਕੇ ਹੀ ਬਣੇ ਹੁੰਦੇ ਆ ਵਰਗੀਕਰਨ ਦੇ ਅਨੁਸਾਰ ਇਹ ਸਧਾਰਨ ਰੁਚੀ ਵਾਲੇ ਮੈਗਜ਼ੀਨ ਵੀ ਹੋ ਸਕਦੇ ਨੇ ਤੇ ਅ ਸਧਾਰਨ ਰੁਚੀ ਵਾਲੇ ਮੈਗਜ਼ੀਨ ਵੀ ਹੋ ਸਕਦੇ ਨੇ ਹੁਣ ਜਿਹੜੇ ਅਸਧਾਰਨ ਰੁਚੀ ਵਾਲੇ ਮੈਗਜ਼ੀਨ ਨੇ ਇਹਨਾਂ ਦੇ ਵਿੱਚ ਕੋਈ ਫਾਰਮ ਮੈਗਜ਼ੀਨ ਹੋ ਗਏ ਖੇਡਾਂ ਨਾਲ ਰਿਲੇਟਡ ਹੋ ਗਿਆ ਵਪਾਰ ਨਾਲ ਰਿਲੇਟਡ ਹੋ ਗਿਆ এনवायरमेंट ਨਾਲ ਰਿਲੇਟਡ ਹੈ ਬੱਚਿਆਂ ਨਾਲ ਰਿਲੇਟਡ ਮੈਗਜ਼ੀਨਸ ਨੇ ਔਰਤਾਂ ਤੇ ਪੁਰਸ਼ਾਂ ਦੇ ਲਈ ਮੈਗਜ਼ੀਨ ਬਣੇ ਹੋਏ ਨੇ ਤੇ ਲਿਟਰੇਸੀ ਮੈਗਜ਼ੀਨ ਨੇ ਹੁਣ ਜਿਹੜਾ ਸਕੂਲ ਮੈਗਜ਼ੀਨ ਹੈ ਇਹ ਵੀ ਇਹਨਾਂ ਦੇ ਵਿੱਚੋਂ ਇੱਕ ਹੈ ਜਿਹਦੇ ਵਿੱਚ ਸਟਾਫ ਅਤੇ ਵਿਦਿਆਰਥੀ ਸ਼ਾਮਿਲ ਹੁੰਦੇ ਨੇ ਜਿਹੜੇ ਦੀ ਬਣਤਰ ਦੇ ਵਿੱਚ ਆਪਣਾ ਜਿਹੜਾ ਯੋਗਦਾਨ ਉਹ ਪਾਉਂਦੇ ਨੇ ਮੀਨਸ ਇਹਨੂੰ ਤਿਆਰ ਕਰਦੇ ਨੇ ਵਿਦਿਆਰਥੀ ਅਤੇ ਅਧਿਆਪਕ ਮਿਲ ਕੇ ਸਕੂਲ ਮੈਗਜ਼ੀਨ ਸਕੂਲ ਦੀ ਗਰੋਥ ਦਾ ਇੱਕ ਜਿਹੜਾ ਹਿਸਟੋਰੀਕਲ ਡਾਕੂਮੈਂਟ ਹੁੰਦਾ ਹੈ ਇਤਿਹਾਸਿਕ ਦਸਤਾਵੇਜ਼ ਹੁੰਦਾ ਹੈ ਇਹ ਨਵੀਂ ਪੀੜੀ ਦੇ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਸਕੂਲ ਦੇ ਵਿੱਚ ਜੋ ਪਰੰਪਰਾਵਾਂ ਚੱਲ ਰਹੀਆਂ ਨੇ ਉਹਨਾਂ ਬਾਰੇ ਦੱਸਦਾ ਹੈ ਇਹ ਇੱਕ ਬਹੁਤ ਹੀ ਵੈਲਿਊਏਬਲ ਪਬਲਿਕੇਸ਼ਨ ਹੁੰਦੀ ਹੈ ਸਕੂਲ ਦੀ ਜਿਹੜੀ ਕਿ ਵਿਦਿਆਰਥੀਆਂ ਦੀ ਜੋ ਕ੍ਰੀਏਟੀਵਿਟੀ ਦੇ ਗੁਣ ਨੇ ਉਹਨਾਂ ਨੂੰ ਪ੍ਰਦਰਸ਼ਿਤ ਕਰਨ ਦਾ ਮੌਕਾ ਦਿੰਦੀ ਹੈ ਇੱਕ ਜਿਹੜਾ ਸਕੂਲ ਮੈਗਜ਼ੀਨ ਉਹ ਵਿਦਿਆਰਥੀਆਂ ਨੂੰ ਆਪਣੇ ਜਿਹੜੇ ਵਿਊਜ਼ ਨੇ ਉਹਨਾਂ ਦੀ ਜਿਹੜੀਆਂ ਡਿਜ਼ਾਇਰਸ ਨੇ ਉਹਨਾਂ ਨੂੰ ਐਕਸਪ੍ਰੈਸ ਕਰਨ ਦਾ ਮੌਕਾ ਦਿੰਦਾ ਹੈ ਤੇ ਉਹਨਾਂ ਨੂੰ ਲਿਖਣ ਦੀ ਜਿਹੜੀ ਕਲਾ ਸਕਿੱਲ ਹੈ ਉਹਦੇ ਲਈ ਵੀ ਤਿਆਰ ਕਰਦਾ ਹੈ ਇਹ ਕੋਈ ਕਹਾਣੀਆਂ ਲੇਖ ਦੁਆਰਾ ਜਿਹੜੀ ਸਾਖਰਤਾ ਰੁਚੀ ਹੈ ਲਿਟਰੇਸੀ ਇੰਟਰਸਟ ਨੇ ਲਿਟਰੇਰੀ ਇੰਟਰਸਟ ਨੇ ਉਹਨਾਂ ਨੂੰ ਇਹ ਡਿਵੈਲਪ ਕਰਦੇ ਆ ਹੁਣ ਅਸੀਂ ਕਰਾਂਗੇ ਦੀ ਡੈਫੀਨੇਸ਼ਨ ਅਕੋਰਡਿੰਗ ਟੂ ਜੈਕਸ ਜੈਕਬਸਨ ਸਕੂਲ ਮੈਗਜ਼ੀਨ ਉਹਨਾਂ ਲਈ ਬਹੁਤ ਮੌਕੇ ਦਿੰਦੇ ਹਨ ਜੋ ਇਸ ਦੇ ਲਈ ਕੰਮ ਕਰਨਾ ਚਾਹੁੰਦੇ ਹਨ ਮੀਨਸ ਕਿ ਸਕੂਲ ਮੈਗਜ਼ੀਨ ਹੈ ਜਿਹੜਾ ਉਹਨਾਂ ਨੂੰ ਅਪਰਚੂਨਿਟੀਆਂ ਦਿੰਦਾ ਜਿਹੜੇ ਕਿ ਬੱਚੇ ਇਹਦੇ ਲਈ ਕੰਮ ਕਰਨਾ ਚਾਹੁੰਦੇ ਨੇ ਦੇਖੋ ਬੱਚਾ ਜਿਹੜਾ ਮੌਕਾ ਉਹੀ ਲਏਗਾ ਜਿਹੜਾ ਕਿ ਕੰਮ ਕਰਨ ਦੇ ਲਈ ਵਿਲਿੰਗ ਹੋਏਗਾ ਇਹ ਬਹੁਤ ਹੀ ਅਸਧਾਰਨ ਹੈ ਮੀਨਸ ਬਹੁਤ ਹੀ ਰੇਅਰ ਹੈ ਕਿ ਜਿਹੜੇ ਵਿਦਿਆਰਥੀ ਤੇ ਉਸਦੇ ਮਾਤਾ ਪਿਤਾ ਨੇ ਸਕੂਲ ਦੇ ਸੰਪਾਦਕਤਾ ਲਈ ਧਿਆਨ ਦੇਣ ਹੁਣ ਇਹ ਮਹੱਤਵਪੂਰਨ ਜਿਹੜੇ ਐਕਸਪੀਰੀਅੰਸ ਨੇ ਉਹ ਵਿਦਿਆਰਥੀਆਂ ਦੇ ਲਈ ਹੈ ਕਿਉਂਕਿ ਵਿਦਿਆਰਥੀਆਂ ਨੂੰ ਇਹ ਤੋਂ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ ਖਾਸ ਤੌਰ ਤੇ ਜਦੋਂ ਕੋਈ ਚੰਗਾ ਪ੍ਰਯੋਜਕ ਵਿੱਚ ਜਿਹੜਾ ਪਲੈਨਰ ਹੈ ਹੁਣ ਜਿਵੇਂ ਸਕੂਲ ਵਾਲੇ ਪਲਾਨ ਕਰਦੇ ਨੇ ਜਿਹੜੇ ਟੀਚਰ ਦੀ ਡਿਊਟੀ ਲੱਗਦੀ ਹੈ ਸਕੂਲ ਮੈਗਜ਼ੀਨ ਦੇ ਲਈ ਇੱਕ ਜਾਂ ਦੋ ਤਿੰਨ ਟੀਚਰ ਮਿਲ ਕੇ ਤਾਂ ਉਹਨਾਂ ਨੇ ਦੇਖਣਾ ਕਿ ਉਹਨੂੰ ਕਿਸ ਤਰੀਕੇ ਨਾਲ ਵਧੀਆ ਬਣਾਉਂਦੇ ਨੇ ਜੋ ਵਿਦਿਆਰਥੀ ਇਸ ਲਈ ਕੰਮ ਕਰਦੇ ਨੇ ਉਹਨਾਂ ਨੂੰ ਕ੍ਰੀਏਟਿਵ ਰਾਈਟਿੰਗ ਦਾ ਜਿਹੜਾ ਅਨੁਭਵ ਹੈ ਉਹ ਹੋ ਜਾਂਦਾ ਹੈ ਮੀਨਸ ਉਹ ਆਪਣੇ ਆਪ ਲਿਖਣ ਦੇ ਲਈ ਅੱਗੇ ਆਉਂਦੇ ਨੇ ਕਿ ਅਸੀਂ ਇਸ ਫੀਲਡ ਦੇ ਵਿੱਚ ਇਸ ਤਰੀਕੇ ਜਿਹੜੀ ਲਿਖਤ ਆ ਉਹ ਦੇ ਸਕਦੇ ਆ ਨੈਕਸਟ ਡੈਫੀਨੇਸ਼ਨ ਇਜ਼ ਅਕੋਰਡਿੰਗ ਟੂ ਐਕਸਫੋਰਡ ਡਿਕਸ਼ਨਰੀ ਇੱਕ ਪੱਤਰਿਕਾ ਆਵਰਤੀ ਪ੍ਰਕਾਸ਼ਨ ਹੁੰਦੀ ਹੈ ਆਵਰਤੀ ਮੀਨਸ ਟਾਈਮ ਪੀਰੀਅਡ ਹੁੰਦਾ ਹੈ ਦਾ ਕੋਈ ਜਿਵੇਂ ਕਿ ਸਕੂਲ ਦੀ ਜੋ ਪੱਤਰਕਾ ਹੋ ਸਾਲ ਬਾਅਦ ਪਬਲਿਸ਼ ਹੁੰਦੀ ਹੈ ਬਟ ਜੇਕਰ ਕਿਸੇ ਹੋਰ ਥਾਵਾਂ ਤੇ ਪਬਲਿਸ਼ ਹੁੰਦੀਆਂ ਨੇ ਤਾਂ ਉਹ ਕੋਈ ਤ੍ਰੈਮਾਸਿਕ ਮਿੰਨ 3 ਮਹੀਨੇ ਵਾਲੀ 6 ਮਹੀਨੇ ਵਾਲੀ ਵੀ ਹੋ ਸਕਦੀਆਂ ਨੇ ਮੰਥਲੀ ਵੀ ਹੁੰਦੀਆਂ ਨੇ ਜਿਦੇ ਵਿੱਚ ਵਿਭਿੰਨ ਲੇਖਾਂ ਦੀਆਂ ਰਚਨਾਵਾਂ ਸ਼ਾਮਿਲ ਹੁੰਦੀਆਂ ਹਨ ਇਹ ਮੁੱਖ ਤੌਰ ਤੇ ਇੱਕ ਆਵਰਤੀ ਪత్రికਾ ਹੁੰਦੀ ਹੈ ਜੋ ਪੜ੍ਹੇ ਲਿਖੇ ਜਾਂ ਵਪਾਰਿਕ ਪਾਠਕਾਂ ਲਈ ਨਹੀਂ ਮੀਨਸ ਪੜ੍ਹੇ ਲਿਖੇ ਤੇ ਜਿਹੜੇ ਵਪਾਰ ਕਰ ਰਹੇ ਨੇ ਉਹਨਾਂ ਦੇ ਲਈ ਨਹੀਂ ਸਗੋਂ ਸੁਧਾਰਨ ਪਾਠਕਾਂ ਲਈ ਤਿਆਰ ਕੀਤੀ ਜਾਂਦੀ ਹੈ ਸੁਧਾਰਨ ਪਾਠਕ ਕੌਣ ਨੇ ਜਿਵੇਂ ਕਿ ਬੱਚੇ ਵਗੈਰਾ ਜੋ ਪੜਨ ਵਾਲੇ ਆਮ ਹੁੰਦੇ ਨੇ ਇਸ ਦੇ ਵਿੱਚ ਆਲੋਚਨਾਤਮਕ ਤੇ ਵਿਆਖਿਆਮਈ ਲੇਖ ਆਲੋਚਨਾਤਕ ਮੀਨਸ ਕ੍ਰਿਟੀਕਲ ਜਿਦੇ ਵਿੱਚ ਕ੍ਰਿਟੀਸਾਈਜ਼ ਵੀ ਕੀਤਾ ਜਾ ਸਕਦਾ ਹੈ ਵਿਆਖਿਆਈ ਮੀ ਵਿਆਖਮੀ ਮੀਨਸ ਐਕਸਪੋਜ਼ਿਟਰੀ ਜਿਦੇ ਵਿੱਚ ਵਿਆਖਿਆ ਕੀਤੀ ਜਾਂਦੀ ਹੈ ਨਿਬੰਧ ਹੋ ਜਾਂਦੇ ਆ ਗਲਪ ਦੀਆਂ ਰਚਨਾਵਾਂ ਗਲਪ ਦੀਆਂ ਰਚਨਾਵਾਂ ਦੇ ਵਿੱਚ ਕਹਾਣੀਆਂ ਵਗੈਰਾ ਠੀਕ ਹੈ ਜੀ ਇਸ ਤਰ੍ਹਾਂ ਜਿਹੜੀ ਚੀਜ਼ਾਂ ਨੇ ਇਹਦੇ ਵਿੱਚ ਸ਼ਾਮਲ ਨੇ ਤੇ ਫੁੱਟਕਲਰ ਦੇ ਰਚਨਾਵਾਂ ਵੀ ਇਹਦੇ ਵਿੱਚ ਹੋ ਸਕਦੇ ਨੇ ਫੁੱਟਕਲ ਦੇ ਵਿੱਚ ਅਸੀਂ ਕੀ ਕਰਾਂਗੇ ਕੋਈ ਥਾਟਸ ਆ ਗਏ ਕੋਈ ਜੋਕਸ ਵਗੈਰਾ ਨੇ ਇਹ ਸਾਰੇ ਫੁੱਟਕਲ ਮੀਨਸ ਮਿਸਲੈਨੀਅਸ ਮਿਸਲੈਨੀਅਸ ਰਾਈਟਿੰਗਸ ਵੀ ਇਹਦੇ ਵਿੱਚ ਸ਼ਾਮਿਲ ਹੁੰਦੀਆਂ ਨੇ ਡੀਅਰ ਸਟੂਡੈਂਟਸ ਮੈਂ ਉਮੀਦ ਕਰਦੀ ਆਂ ਕਿ ਸਕੂਲ ਮੈਗਜ਼ੀਨ ਦਾ ਜਿਹੜਾ ਮੀਨਿੰਗ ਹੈ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਥੈਂਕ ਯੂ